ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਜਿਹੜੇ ਸ਼ਬਦ ਨੇ ਇਹ ਮਾਤਾ ਜੀ ਦੇ ਮਾਤਾ ਕਲਵੰਤ ਕੌਰ ਜੀ ਦੇ ਉੱਪਰ ਟੁੱਕਦੇ ਨੇ ਮਾਤਾ ਕਲਵੰਤ ਕੌਰ ਜੀ ਜਿਹਨਾਂ ਨੂੰ ਗਾਜੀ ਗੁੱਲੇ ਤੋਂ ਆ ਲੁਧਿਆਣਾ ਜਲੰਧਰ ਦੇ ਵਿੱਚ ਇੱਕ ਇਲਾਕਾ ਪੈਂਦਾ ਗਾਜੀ ਗੁੱਲਾ ਉੱਥੋਂ ਦੇ ਰਹਿਣ ਵਾਲੇ ਮਾਤਾ ਸਾਨੂੰ ਜਲੰਧਰ ਸਿਵਲ ਹਸਪਤਾਲ ਤੋਂ ਮਿਲੇ ਸੀ 25 1 22 ਨੂੰ 25 1 22 ਦਾ ਉਹ ਦਿਨ ਜਨਵਰੀ ਦਾ ਮਹੀਨਾ ਪੂਰੀ ਠੰਡ ਮਾਤਾ ਜੀ ਦੇ ਕੀੜੇ ਪਏ ਹੋਏ ਪੈਰ 'ਚ ਵੀ ਬੈਕ ਸਾਈਡ ਤੇ ਟਾਇਲਟ ਵਾਲੀ ਥਾਂ ਤੇ ਵੀ ਤੇ ਮਾਤਾ ਜੀ ਸਿਵਲ ਹਸਪਤਾਲ ਜਲੰਧਰ ਦੇ ਫਰਸਟ ਫਲੋਰ ਦੇ ਉੱਪਰ ਔਰਡ ਦੇ ਵਿੱਚ ਪਏ ਸਾਰੇ ਕਮਰੇ ਦੇ ਵਿੱਚ ਇਕੱਲੇ ਹੀ ਸੀ 8 ਬெட் ਦੀ ਉਹ ਔਰਡ ਸੀ ਤੇ ਸਾਰੇ ਬਿੱਡਾਂ ਤੇ ਲੈਟਰਨ ਲੈਟਰਨ ਲੱਗੀ ਹੋਈ ਕੰਦਾਂ ਦੇ ਉੱਤੇ ਵੀ ਮਾਤਾ ਨੇ ਇਦਾਂ ਹੱਥਾ ਨਾਲ ਕੱਢ ਕੱਢ ਲੈਟਰਨ ਸਿੱਟੀ ਹੋਈ ਸਾਰੀਆਂ ਕੰਦਾਂ ਤੇ ਛਿੱਟੇ ਛਿੱਟੇ ਪਏ ਹੋਏ ਗੰਦ ਦੇ ਤੇ ਇਹਦੇ ਕਮਰੇ ਚ ਕੋਈ ਨਾ ਬੜਦਾ ਅੱਖਾਂ ਤੋਂ ਉੱਨੀ ਮਾਂ ਕਲਵੰਤ ਕੌਰ ਉੱਥੇ ਪਈ ਚੀਕਾਂ ਮਾਰਦੀ ਹਾਕਾਂ ਮਾਰਦੀ ਕੋਈ ਤਰਸ ਕਰਕੇ ਕੋਈ ਬਰੈਡ ਦੇ ਦਿੰਦਾ ਕੋਈ ਤਰਸ ਕਰਕੇ ਕੋਈ ਖਾਣ ਨੂੰ ਚੀਜ਼ ਦੇ ਦਿੰਦਾ ਤੇ ਅੰਦਰ ਪਈ ਚੀਕਾਂ ਮਾਰਦੀ ਤੜਸਦੀ ਮਹੀਨਿਆਂ ਬੱਧੀ ਸਮਾਂ ਨਿਕਲ ਗਿਆ ਇੱਕ ਬੋਰਡ ਇਹਦੇ ਵਾਸਤੇ ਖਾਲੀ ਛੱਡ ਦਿੱਤੀ ਗਈ ਇਹਨੂੰ ਨਾ ਤਾਂ ਕੋਈ ਲੈ ਕੇ ਜਾਂਦਾ ਸੀ ਨਾ ਕੋਈ ਮਿਲਣ ਆਉਂਦਾ ਸੀ ਧੰਨਵਾਦ ਉਹ ਕੁਛ ਜਿਹੜੇ ਜਿਉਂਦਿਆਂ ਜ਼ਮੀਰ ਵਾਲੇ ਵੀਰ ਜਿਹੜੇ ਆਪਣਾ ਇਨਸਾਨ ਹੋਣ ਦਾ ਫਰਜ਼ ਨਿਭਾਉਣਾ ਜਾਣਦੇ ਨੇ ਉਹਨਾਂ ਦੇ ਵਿੱਚੋਂ ਇੱਕ ਗੁਰਪ੍ਰੀਤ ਸਿੰਘ son of ਸੁਖਜੀਤ ਸਿੰਘ ਵੀਰ ਨਾਹਲ ਪਿੰਡ ਤੋਂ ਵੀਰ ਉੱਥੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਤਾਂ ਉਹਨੇ ਦੀ ਮਾਂ ਦੀ ਇਹ ਹਾਲਤ ਨੂੰ ਦੇਖ ਕੇ ਸਾਨੂੰ ਫੋਨ ਕੀਤਾ ਗੁਰਪ੍ਰੀਤ ਸਿੰਘ ਤੀਂਦਰ ਸਿੰਘ ਜੋਰਾਵਰ ਸਿੰਘ ਮਨੀਸ਼ ਇਹਨਾਂ ਵੀਰਾਂ ਨੇ ਵੀਡੀਓ ਬਣਾ ਕੇ ਭੇਜੀ ਸਾਡੇ ਨਾਲ ਸੰਪਰਕ ਕੀਤਾ ਹੋਰ ਵੀ ਇੱਕ ਦੋ ਵੀਰਾਂ ਭੈਣਾਂ ਨੇ ਵੀਡੀਓ ਭੇਜੀਆਂ ਤੇ ਮਾਤਾ ਜੀ ਦੀ ਉਹ ਹਾਲਤ ਦੇਖ ਕੇ ਜਦ ਅਸੀਂ ਉੱਥੇ ਹਸਪੀਟਲ ਗਏ ਮਾਤਾ ਜੀ ਨੂੰ ਲੈਣ ਬੜੀ ਜਿੱਦੋ ਜਹਿਦ ਕਰਕੇ ਸਟਾਫ ਦੇ ਨਾਲ ਮਾਤਾ ਜੀ ਨੂੰ ਉੱਥੋਂ ਛੁੱਟੀ ਕਰਾਈ ਮਾਤਾ ਜੀ ਨੂੰ ਉੱਥੋਂ ਲੈ ਕੇ ਆਏ ਪਤਾ ਲੱਗਿਆ ਮਾਤਾ ਜੀ ਜਲੰਧਰ ਸ਼ਹਿਰ ਦੇ ਹੀ ਰਹਿਣ ਵਾਲੇ ਆੱਖਾਂ ਤੋਂ ਅੰਨੇ ਹੋ ਚੁੱਕੇ ਐ ਇਹਨਾਂ ਦੀ ਬੇਟੀ ਉਹ ਇਹਨਾਂ ਨੂੰ ਇੱਥੇ ਦਾਖਲ ਕਰਾ ਕੇ ਗਈ ਤੇ ਮੁੜ ਕੇ ਵਾਪਸ ਨਹੀਂ ਆਈ ਮਾਤਾ ਦੇ ਉੱਥੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਜਦੋਂ ਆਈ ਸੀ ਗੁੱਠੇ ਨੀਲੇ ਸੀਗੇ ਬੈਂਕ 'ਚ ਜੋ ਪੈਸਾ ਸੀ ਉਹ ਸਾਰਾ ਕੁਝ ਬੇਟੀ ਨੇ ਕਢਾ ਲਿਆ ਤੇ ਆਪ ਮਾਂ ਨੂੰ ਇੱਥੇ ਹਸਪਤਾਲ ਛੱਡ ਕੇ ਚਲੀ ਗਈ ਤੇ ਉਹ ਮਾਂ ਜੀ ਨੂੰ ਦਿਖਦਾ ਵੀ ਨਹੀਂ ਸੀ ਤੇ ਜਿਹਦੀ ਇਕਲੋਤੀ ਇੱਕ ਧੀ ਸੀ ਜਿਹੜੀ ਉਹ ਵੀ ਉਹਦੇ ਨਾਲ ਧੋਖਾ ਕਰਕੇ ਚਲੀ ਗਈ ਜਿਹੜੇ ਦਿਔਰ ਜੀਠ ਹੋਰ ਭਤੀਜੇ ਭਤੀਜੀਆਂ ਉੱਥੇ ਰਹਿੰਦੇ ਸੀ ਉਹ ਤਾਂ ਕਦੇ ਪੁੱਛਣ ਦੇਖਣ ਵੀ ਨਹੀਂ ਆਇਆ ਕਦੇ ਕੋਈ ਤਾਂ ਮਾਤਾ ਜੀ ਨੂੰ ਉਤੋਂ ਸੁਪਨਿਆਂ ਦੇ ਘਰ ਲੈ ਕੇ ਆਏ 2022 ਦੀ ਜਨਵਰੀ ਦੇ ਵਿੱਚ ਮਾਤਾ ਜੀ ਦਾ ਇੱਥੇ ਆ ਕੇ ਟ੍ਰੀਟਮੈਂਟ ਸ਼ੁਰੂ ਹੋਇਆ ਮਾਤਾ ਜੀ ਦੇ ਪਹਿਲਾਂ ਤਾਂ ਜ਼ਖਮ ਸਾਫ਼ ਕਰਦੇ ਆਂ 4-5 ਮਹੀਨੇ ਨਿਕਲ ਗਏ ਹੌਲੀ-ਹੌਲੀ ਜ਼ਖਮ ਠੀਕ ਹੋਏ ਡਾਕਟਰਾਂ ਨੇ ਕਿਹਾ ਸੀ ਇਨਫੈਕਸ਼ਨ ਠੀਕ ਹੋਣ ਤੋਂ ਬਾਅਦ ਜਖਮ ਠੀਕ ਹੋਣ ਤੋਂ ਬਾਅਦ ਅੱਖਾਂ ਦਾ ਆਪਰੇਸ਼ਨ ਹੋਊਗਾ ਫਿਰ ਉਸ ਤੋਂ ਬਾਅਦ ਮਾਤਾ ਦੀ ਅੱਖਾਂ ਦਾ ਆਪਰੇਸ਼ਨ ਹੁੰਦਾ ਤੇ ਮਾਤਾ ਨੂੰ ਦੇਖਣ ਲੱਗ ਜਾਂਦਾ ਦੇਖੋ ਵੀਡੀਓ 'ਚ ਜਦੋਂ ਮਾਤਾ ਨੂੰ ਪਹਿਲੇ ਦਿਨ ਦੇਖਣ ਲੱਗਿਆ ਸੀ ਮੇਰੀ ਮਾਂ ਫਿਰ ਮਾਤਾ ਦੀ ਫਿਜ਼ੀਓਥੈਰੇਪੀ ਚੱਲੀ ਮਾਤਾ ਨੂੰ ਤੁਰਨ ਵੀ ਲੱਗ ਗਈ ਮਾਂ ਆਪਣੇ ਪੈਰਾਂ ਤੇ ਵੀ ਹੋ ਗਈ ਫਿਰ ਪਰ ਸਰੀਰ ਬਜ਼ੁਰਗ ਸੀ ਉਮਰ 80 ਸਾਲ ਤੋਂ ਉੱਪਰ ਸੀ ਤੇ ਆਪਣਾ ਕੋਈ ਮਿਲਣ ਵਾਲਾ ਨਹੀਂ ਦੇਖਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਜਾਣ ਦੀ ਪਹਿਚਾਨ ਦੀ ਆਵਾਜ਼ ਸੁਣਨ ਨੂੰ ਕੰਨ ਤਰਸੇ ਪਏ ਸੀ ਧੰਨਵਾਦ ਉਹਨਾਂ ਵੀਰਾਂ ਦਾ ਗੁਰਪ੍ਰੀਤ ਉਹਨਾਂ ਦਾ ਜਿਹੜੇ ਦੋ ਤਿੰਨ ਵਾਰੀ ਆ ਕੇ ਮਿਲ ਕੇ ਗਏ ਮਾਂ ਨੂੰ ਉਹ ਆਪਣਾ ਇਨਸਾਨ ਹੋਣ ਦਾ ਫਰਜ਼ ਨਿਭਾਉਂਦੇ ਰਹੇ ਪਰ ਕੋਈ ਰਿਸ਼ਤੇਦਾਰ ਨਹੀਂ ਆਇਆ ਹਾਲਾਂਕਿ ਫੋਨ ਆਏ ਮਹੱਲੇ ਦੇ ਵਿੱਚੋਂ ਵੀ ਇਹ ਇੱਥੇ ਰਹਿੰਦੀ ਸਾਡੇ ਗਵਾਂਢ 'ਚ ਇਹਦਾ ਘਰ ਸੀ ਇਹਦੀ ਕੁੜੀ ਵੀ ਸੀ ਇਹਦੀ ਕੁੜੀ ਹੁਣ ਪਤਾ ਨਹੀਂ ਕਿੱਥੇ ਰਹਿੰਦੀ ਆ ਇਹਦੇ ਭਤੀਜੇ ਭਤੀਜੀਆਂ ਵੀ ਹੈਗੇ ਆ ਇੱਥੇ ਤੇ ਔਰ ਜੇਠ ਜਠਾਣੀਆਂ ਵੀ ਹੈਗੇ ਆ ਪਰ ਕਦੇ ਕੋਈ ਮਿਲਣ ਨਹੀਂ ਆਇਆ ਤੇ ਹੁਣ 22 ਫਿਰ 23 ਫਿਰ 24 ਕਰੀਬ 3 ਸਾਲ ਦਾ ਸਮਾਂ ਹੋ ਗਿਆ ਮਾਂ ਨੂੰ ਸਾਡੇ ਕੋਲ ਰਹਿੰਦੇ ਆ ਬਿਮਾਰ ਆ ਮਾਂ ਇਸ ਟਾਈਮ ਆਈਸੀਯੂ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਆ ਮਾਤਾ ਕੁਲਵੰਤ ਕੌਰ ਗਾਜੀਗੁੱਲਾ ਇਹ ਗਾਜੀਗੁੱਲੇ ਵਾਲੀ ਮਾਂ ਕੁਲਵੰਤ ਕੌਰ ਪਹਿਲੀ ਵਾਰੀ ਇੰਨੀ ਬਿਮਾਰ ਨਹੀਂ ਹੋਈ ਅੱਗੇ ਵੀ ਕਈ ਵਾਰ ਇਦਾਂ ਬਿਮਾਰ ਹੋਈ ਆ ਪਰ ਉਹ ਜੱਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਆਲੀ ਗੱਲ ਆ ਜਿਹੜੀ ਉਹ ਸੱਚ ਆ ਜਦੋਂ ਉਹਦੀ ਮਰਜ਼ੀ ਆ ਹੋਣਾ ਤਾਂ ਉਦੋਂ ਆ ਤੇ ਹੋਣਾ ਤਾਂ ਉਵੇਂ ਹੀ ਆ ਬਸ ਅਰਦਾਸ ਕਰਿਓ ਮਾਂ ਲਈ ਮਾਂ ਤਕੜੀ ਹੋਵੇ ਤੰਦਰੁਸਤ ਹੋਵੇ ਇੱਕ ਅਰਦਾਸ ਹੋਰ ਕਰਿਓ ਇਹਦੇ ਖੂਨ ਨੂੰ ਇਹਦੇ ਪਰਿਵਾਰ ਨੂੰ ਮਹਾਰਾਜ ਸਮੱਤ ਬਖਸ਼ਣ ਸੁੱਧੀ ਬੁੱਧੀ ਬਖਸ਼ਣ ਵਿਵਾਕੇ ਮੇਲੇ-ਗੇਲੇ ਤਾਂ ਕਰ ਜਾਣਾ ਦਰਸ਼ਨ ਤਾਂ ਕਰ ਜਾਣਾ ਜੱਗ ਜਿਉਂਦਿਆਂ ਦੇ ਮੇਲੇ ਆ ਭਾਈ ਗਾਣਾ ਜਦੋਂ ਚੱਲਦਾ ਹੁੰਦਾ ਉਹ ਤਾਂ ਅਸੀਂ ਵੀ ਸਾਰੇ ਆਪਦੇ ਅੰਦਰ ਸੋਚ ਲੈਂਦੇ ਆ ਉਸ ਗਾਣੇ ਨੂੰ ਮਾਨ ਲੈਂਦੇ ਆ ਪਰ ਉਹਦੇ ਤੇ ਫਰਜ ਉਹਦੇ ਤੇ ਅਮਲ ਕੌਣ ਕਰੂਗਾ ਭਾਈ ਸਾਡੀ ਬੇਨਤੀ ਆ ਮਾਤਾ ਜੀ ਦਾ ਕੋਈ ਰਿਸ਼ਤੇਦਾਰ ਕੋਈ ਜਾਣ ਪਹਿਚਾਨ ਵਾਲਾ ਕੋਈ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਪਲੀਜ਼ ਮਿਲ ਕੇ ਜਾਓ ਮਾਂ ਆਪਣੇ ਭਰਾ ਤੇ ਬੜਾ ਮਾਨ ਕਰਦੀ ਹੁੰਦੀ ਹੈ ਮਾਂ ਆਪਣੇ ਪਿਓ ਤੇ ਬੜਾ ਮਾਣ ਕਰਦੀ ਹੁੰਦੀ ਕਿ ਲੋ ਪਿਓ ਤਾਂ ਨਹੀਂ ਰਿਹਾ ਹੁਣ ਭਰਾ ਤਾਂ ਜਿਉਂਦੇ ਆ ਕਹਿੰਦੇ ਭਰਾਵਾਂ ਚੋਂ ਹੀ ਆ ਕੇ ਕੋਈ ਮਿਲ ਜੇਵੇ ਮਾਂ ਆਪਣਿਆਂ ਤੇ ਬੜਾ ਮਾਣ ਕਰਦੀ ਆ ਆਪਣੀ ਧੀ ਤੇ ਵੀ ਬੜਾ ਮਾਣ ਕਰਦੀ ਹੁੰਦੀ ਪਰ ਕੋਈ ਮਿਲਨ ਨਹੀਂ ਆਇਆ ਕਦੇ ਕਰਿਓ ਅਰਦਾਸ ਕੋਈ ਮਿਲ ਜੇਵੇ ਕਰਿਓ ਅਰਦਾਸ ਮਾਤਾ ਨੂੰ ਹੋਰ ਸਮਾਂ ਮਿਲ ਜੇਵੇ ਤੰਦਰੁਸਤ ਹੋ ਜੇਵੇ ਤਕੜੀ ਹੋ ਜੇਵੇ ਮਾਂ ਕਲਵੰਤ ਕੌਰ ਗਾਜੀ ਗੁੱਲੇ ਵਾਲੀ ਜੋ ਅੱਖਾਂ ਤੋਂ ਅੰਨ੍ਹੇ ਸੀ ਜੋ ਚੱਲ ਨਹੀਂ ਸਕਦੀ ਸੀ ਜੋ ਕੀੜਿਆਂ ਤੋਂ ਖਾਧੀ ਜਾ ਰਹੀ ਸੀ ਅੱਜ ਉਹ ਪਿਛਲੇ 3 ਸਾਲਾਂ ਤੋਂ ਸੁਪਨਿਆਂ ਦੇ ਘਰ ਵਿੱਚ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰ ਰਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ